ਲੱਗਦਾ ਕਹਿੰਦਾ 30,000 ਦੇ ਦੇ 50,000 ਰੁਪਇਆ ਦੇ ਦੇ ਤਾਂ ਮੈਂ ਫੈਸਲਾ ਕਰ ਲੂੰਗਾ ਇਹ ਕਹਿੰਦੇ ਨੇ ਸਾਫ ਮਿਲਣਾ ਚਾਹੀਦਾ ਮੁੰਡੇ ਦਾ ਪਰਚਾ ਦਰਜ ਕਰਾਉਣਾ ਮੈਨੂੰ ਵੀਡੀਓ ਕਾਲਾਂ ਦਿਖਾਉਣ ਮੈਨੂੰ FI ਦਰਜ ਦਿਖਾਉਣ ਮੇਰੇ ਘਰ 6 ਵਜੇ ਜਾ ਕੇ ਮੇਰੇ ਵਾਲ ਫੜੇ ਨੇ ਮੈਨੂੰ ਥੱਪੜ ਚੱਕਿਆ ਮੇਰੇ ਨਾਲ ਬਦਤਮੀਜ਼ੀ ਨਾਲ ਵੈਲਕਮ ਟੂ ਖੰਨਾ ਨਿਊਜ਼ ਲਾਈਵ ਖੰਨਾ ਦੇ ਅਮਲੋਰ ਰੋਡ ਤੇ ਬੁੱਧਵਾਰ ਸਵੇਰੇ ਇੱਕ ਮਹਿਲਾ ਪਾਣੀ ਵਾਲੀ ਟੈਂਕੀ ਤੇ ਚੜ ਗਈ ਮਹਿਲਾ ਨੇ ਪੁਲਿਸ ਤੇ ਰਿਸ਼ਵਤ ਮੰਗਣ ਦਾ ਦੋਸ਼ ਲਾਇਆ ਹੈ ਮਹਿਲਾ ਨੇ ਹੱਥ ਵਿੱਚ ਪੈਟਰੋਲ ਦੀ ਬੋਤਲ ਲੈ ਕੇ ਪੁਲਿਸ ਖਿਲਾਫ ਜ਼ੋਰਦਾਰ ਹੰਗਾਮਾ ਕੀਤਾ ਮਹਿਲਾ ਨੇ ਦੋਸ਼ ਲਗਾਇਆ ਹੈ ਕਿ ਉਸਦੇ ਬੇਟੇ ਨੂੰ ਗਲਤ ਮਾਮਲੇ 'ਚ ਫਸਾਇਆ ਜਾ ਰਿਹਾ ਹੈ ਟੈਂਕੀ ਤੇ ਚੜ੍ਹੀ ਮਹਿਲਾ ਨੇ ਪੁਲਿਸ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਟੈਂਕੀ ਤੇ ਚੜ੍ਹਿਆ ਤਾਂ ਉਹ ਆਪਣੇ ਆਪ ਨੂੰ ਅੱਗ ਲਾ ਲਵੇਗੀ ਰਣਜੀਤ ਸਿੰਘ ਬੇਟਾ ਚਾਰ ਬੰਦਿਆਂ ਦੀ ਲੜਾਈ ਹੋਈ ਸੀ ਵੀਰੇ ਨੂੰ ਪਤਾ ਰਾਤ ਨੂੰ 12 ਵਜੇ ਫੋਨ ਕਰਿਆ ਮੈਂ ਵੀਰੇ ਵੀ ਅਕੜ ਚਾਰ ਬੰਦਿਆਂ ਦੀ ਲੜਾਈ ਹੋ ਗਈ ਤਾਂ ਉਹਨਾਂ ਦਾ ਕੀ ਬਣੇ ਮੇਰਾ ਮੁੰਡਾ ਵਿੱਚ ਨਹੀਂ ਹੈਗਾ ਜਿਹੜੇ ਚਾਰ ਮੁੰਡੇ ਨੇ ਉਹਨਾਂ ਦਾ ਲਵੀ ਨਾ ਮੇਰੇ ਨੇ ਫੈਸਲਾ ਕਰਾਤਾ ਗੁਰਦੁਆਰੇ ਸਵਾ ਲੱਖ ਦੇ ਵਿੱਚ ਸਾਈਨ ਹੋ ਗਏ ਜੱਫੀਆਂ ਪਵਾਤੀਆਂ ਕਚਹਿਰੀਆਂ ਜਾ ਕੇ ਨਿਪਟ ਗਿਆ ਇੱਕ ਬੰਦੇ ਕੋਲ 50,000 ਰੁਪਇਆ ਪਿਆ ਗਾ 50,000 ਇੱਕ ਬੰਦੇ ਕੋਲੇ ਪਿਆ ਵੀ ਜਿੱਦਣੇ ਜੱਜ ਸਾਹਿਬ ਬੈਠਣਗੇ ਉਹਦੇ ਕਲੀਅਰ ਕਰਕੇ ਉਹ 50,000 ਵਿੱਚ 1,25,000 ਰੁਪਇਆ ਬੰਦੇ ਨੂੰ ਦੇ ਦਾਂਗੇ ਜਿਹਨੇ ਸੱਟਾਂ ਵੱਜੀਆਂ ਨੇ ਉਹ ਮੁੰਡੇ ਕਹਿੰਦੇ ਨਹੀਂ ਤਾਂ ਸਾਡਾ ਫੈਸਲਾ ਕਰ ਨਹੀਂ ਲਵੀ ਨੂੰ ਕਹਿੰਦੇ ਤੇਰਾ ਨਾਂ ਲਵਾਂਗੇ ਦੋ ਮੁੰਡੇ ਕਹਿੰਦੇ ਇੱਕ ਮੁੰਡਾ ਚੱਕਿਆ ਗਿਆ ਉਹਨਾਂ ਨੇ ਮੇਰੇ ਬੇਟੇ ਦਾ ਨਾਂ ਲੈਤਾ ਇਹਨਾਂ ਨੇ ਛਾਣਬੀਣ ਕੋਈ ਨਹੀਂ ਕੀਤੀ ਮੁੰਡੇ ਤੇ FI ਦਰਜ ਕਰਤੀ ਵੀ ਇਹ ਲੜਾਈ ਦੇ ਕੇਸ 'ਚ ਨਾਲ ਅਸੀਂ ਮਾਂ ਪੁੱਤ ਪੈਟਰੋਲ ਪੰਪ ਤੱਕ ਖੜੇ ਹਾਂ ਗਏ ਜ਼ਰੂਰ ਹਾਂ ਉੱਥੇ ਪਬਲਿਕ ਹਜ਼ਾਰਾਂ ਸਾਹਿਬ ਖੜੀ ਸੀ ਅਸੀਂ ਮਾਂ ਪੁੱਤ ਪੈਟਰੋਲ ਪੰਪ ਨਹੀਂ ਟੱਪੇ ਬੀਬੀ ਜੇ ਵੱਡੇ ਅਫਸਰ ਨੇ ਉਹਨਾਂ ਨੂੰ ਮਿਲਣ ਦੀ ਕਿਉਂ ਕੋਸ਼ਿਸ਼ ਨਹੀਂ ਕੀਤੀ ਉੱਪਰ ਜਾਣ ਦੀ ਬਜਾਏ ਅਫਸਰਾਂ ਨੂੰ ਮਿਲਦੇ ਤੁਸੀਂ ਮੈਂ ਜਦੋਂ ਮੇਰਾ ਪਹਿਲਾਂ ਬੇਟਾ ਫੜਿਆ ਉਦੋਂ ਮੁੰਡੇ ਰਾਤ ਨੂੰ 12 ਵਜੇ ਮੇਰੇ ਘਰੇ ਛੱਡਿਆ ਜਨਾਨੀ ਨੂੰ ਚੋਰੀ ਦੇ ਮੋਟਰਸਾਈਕਲ ਇੱਕ ਜਨਾਨੀ ਗਿਸਟਰ ਨਾਲ ਆਈ ਹੋਈ ਸੀ ਸਾਨੂੰ ਨਹੀਂ ਸੀ ਪਤਾ ਆਸੂ ਨਾਂ ਦਾ ਉਹ ਮੇਰੇ ਘਰੇ 12 ਵਜੇ ਛੱਡਿਆ 7 ਵਜੇ ਉਹਨੇ ਚੁਕਾਤੇ ਆ ਮੇਰੇ ਘਰੋਂ ਨਾ ਕੋਈ ਹਥਿਆਰ ਨਿਕਲਿਆ ਨਾ ਕੋਈ ਚੀਜ਼ ਨਿਕਲੀ ਪਾਇਆ ਤਾਂ ਉਹਨਾਂ ਨੇ ਕਦੀ ਕਿਹੜਾ ਗਾ ਪਲਾਜਾ ਪਲੂਜਾ ਕੋਈ ਚੱਕੇ ਮੇਰੇ ਘਰੋਂ ਗਏ ਨੇ ਤਾਂ ਉਦੋਂ ਮੇਰੇ ਮੁੰਡੇ ਦੇ ਟਰਾਲੀ ਟਰੈਕਟਰ ਲੋਕਾਂ ਦੇ ਚੱਕੇ ਹੋਏ ਗਲ ਪਾਤੇ ਕਿਉਂਕਿ ਮੇਰੇ ਮੁੰਡੇ ਨੇ ਡਿਗਰੀ ਕਰ ਲਈਆਂ ਨੇ 4 ਪਲੱਸ 2 ਕਰ ਲਈ ਆ ਉਹਨੂੰ ਕਿਸੇ ਨੂੰ ਗਾਲ ਕੱਢੀ ਦੀ ਹਜੇ ਤੱਕ ਸ਼ਿਕਾਇਤ ਨਹੀਂ ਆਈ ਲੱਖ ਰੁਪਏ ਵਾਲਾ ਕੀ ਮਸਲਾ ਹੈ ਜਗਦੇਵ ਕੌਣ ਹੈ ਜਗਦੇਵ ਮੈਂ ਨਹੀਂ ਜਾਣਦੀ ਉਹਨੂੰ ਕੌਣ ਹੈਗਾ ਵੀ ਮੁਲਾਜ਼ਮ ਹੈ ਕੋਈ ਮੁਲਾਜ਼ਮ ਕੌਣ ਹੈ ਹੁਣ ਮੈਂ ਇਸ ਟਾਈਮ ਮੇਰਾ ਮੁੰਡਾ ਖੰਡ ਬੀਬੀ ਹੁਣ ਅਫਸਰਾਂ ਨੇ ਕੀ ਤੁਹਾਨੂੰ ਦੱਸਿਆ ਆਸ਼ਵਾਸਨ ਦਿੱਤਾ ਕਹਿੰਦੇ ਨੇ ਕਿ ਵੀ ਇਨਸਾਫ ਕਰਾਂਗੇ ਲੱਖ ਰੁਪਏ ਠੀਕ ਹੈ ਜੀ ਪੁਲਿਸ ਤੇ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਮਹਿਲਾ ਦੇ ਇੱਕ ਜਾਣਕਾਰ ਦੀ ਸਹਾਇਤਾ ਨਾਲ ਮਹਿਲਾ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ ਗਿਆ ਇਸ ਸੰਬੰਧ ਵਿੱਚ ਮੌਕੇ ਤੇ ਪਹੁੰਚੇ ਖੰਨਾ ਦੇ DSP ਰਾਜਨ ਪਰਮਿੰਦਰ ਸਿੰਘ ਨੇ ਕਿਹਾ ਕਿ ਮਹਿਲਾ ਦੇ ਬੇਟੇ ਤੇ ਚੋਰੀ ਦਾ ਮਾਮਲਾ ਦਰਜ ਹੈ ਅਤੇ ਉਸ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਪੁਲਿਸ ਅਧਿਕਾਰੀਆਂ ਨੇ ਮਹਿਲਾ ਨੂੰ ਮਾਮਲੇ ਦੀ ਜਾਂਚ ਕਰਵਾਉਣ ਦਾ ਵਿਸ਼ਵਾਸ ਦਿਵਾਇਆ ਸਿਟੀ 2 ਚ ਇੱਕ ਰਣਜੀਤ ਸਿੰਘ ਨਾਮ ਦੇ ਬੰਦੇ ਦੇ ਖਿਲਾਫ 379/20/411 ਦਾ ਕੇਸ ਦਾ ਜੇ ਚੋ ਉਹਦੀ ਅਰੈਸਟ ਅਜੇ ਹੋਣੀ ਬਾਕੀ ਹੈ ਅਤੇ ਨਾਲ ਦੋ ਬੰਦੇ ਫੜੇ ਗਏ ਸੀਗੇ ਜਿਹੜਾ ਉਹ ਬੰਦਾ ਹੈਗਾ ਉਹ ਡੇਲੋਂ ਪੁਲਿਸ ਨੇ ਆਲਰੇਡੀ ਅਰੈਸਟ ਕੀਤਾ ਉਹਦੇ ਕੋਲ 2 ਮੋਟਰਸਾਈਕਲ ਇੱਕ ਟਰੈਕਟਰ ਬਰਾਮਦ ਹੋਇਆ ਜਿਹੜੀ ਆ ਉਹਦੀ ਮਦਰ ਆ ਇਹਦਾ ਐਲੀਗੇਸ਼ਨ ਸੀਗਾ ਕਿ ਮੇਰੇ ਘਰੇ ਪੁਲਿਸ ਰੇਡ ਕਰਨ ਗਈ ਹੈ ਮੇਰੇ ਨਾਲ ਬਦਤਮੀਜ਼ੀ ਕੀਤੀ ਆ ਅਤੇ ਇਹ ਕਹਿੰਦੇ ਮੇਰੇ ਮੁੰਡੇ 'ਤੇ ਗਲਤ ਪਰਚਾ ਦਿੱਤਾ ਗਿਆ ਇਹਦਾ ਅਸੀਂ ਇਹਦੇ ਕੋਲ ਦਰਖਾਸਤ ਲੈ ਕੇ ਇਹਦੀ ਇਨਕੁਆਇਰੀ ਕਰਾਂਗੇ ਔਰ ਜੋ ਮੁਨਾਸਬ ਹੋਊਗਾ ਉਹ ਕਰੀ ਦਾ ਪੈਸੇ ਲੈਣ ਦੇਣ ਦਾ ਮੇਰੇ ਬਾਰੇ ਕੋਈ ਨੋਟਿਸ ਨਹੀਂ ਹੈਗਾ ਜੋ ਕੋਈ ਐਲੀਗੇਸ਼ਨ ਹੋਊਗਾ ਉਹ ਵੈਰੀਫਾਈ ਕਰਾਂਗੇ ਖੰਨਾ ਤੋਂ ਪਰਮਜੀਤ ਸਿੰਘ ਧੀਮਾਨ ਦੀ ਖਾਸ ਰਿਪੋਰਟ